ਪੰਜਾਬੀਓ ਬਹੁਤ ਬਹੁਤ ਮੁਬਾਰਕਾਂ ਲੋਹੜੀ ਦੀਆਂ ਲੋਹੜੀ ਦੇ ਤਿਉਹਾਰ ਤੇ ਇਟਾਲੀਅਨ ਗਵਰਨਮੈਂਟ ਨੇ ਤੁਹਾਨੂੰ ਇੱਕ ਐਡਾ ਵੱਡਾ ਤੋਹਫਾ ਦਿੱਤਾ ਹੈ ਕਿ ਪੰਜਾਬੀ ਜਿਹੜੇ ਆਪਣੇ ਇਟਲੀ ਵਰ ਪਰਮਿਟ ਦੀ ਵੇਟ ਕਰ ਰਹੇ ਸੀ ਇਟਲੀ ਦੀ ਗਵਰਨਮੈਂਟ ਨੇ ਵਰਕ ਪਰਮਿਟ ਓਪਨ ਕਰ ਦਿੱਤੇ ਨੇ ਠੀਕ ਹੈ ਇਟਲੀ ਦੇ ਜਿਹੜੇ ਵਰਕ ਪਰਮਿਟ ਸੀਜ਼ਨਲ ਤੇ ਨੋ ਸੀਜ਼ਨਲ ਵਰਕ ਪਰਮਿਟ ਜਿਹੜੇ ਦੇ ਕ੍ਰੇਟੋ ਫਲੂਸੀ ਜਿੰਦੂ ਦੇ ਨਾਂ ਤੇ ਜਾਣੇ ਜਾਂਦੇ ਆ ਠੀਕ ਹੈ ਜੀ ਉਹ ਓਪਨ ਹੋ ਚੁੱਕੇ ਨੇ ਡੇਟ ਆ ਚੁੱਕੀ ਹੈ ਸੋ ਪਲੀਜ਼ ਪੂਰੀ ਵੀਡੀਓ ਦੇਖ ਲਾ ਜੇ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਵੇ ਨਾਲ ਇਨਫੋਰਮੇਸ਼ਨ ਜਿਹੜੀ ਆ ਪ੍ਰੋਵਾਈਡ ਕਰਾਂਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਟੂ ਮਿਸ਼ਰ ਸਿੰਘ ਚੈਨਲ ਸੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਨ ਜਾ ਰਹੇ ਹਾਂ ਇਟਲੀ ਦੇ ਵਰਕ ਪਰਮਿਟ ਦੀ ਜਿਹੜੀ ਕਿ ਡੇਟ ਜੀ ਦੀ ਬਹੁਤ ਜ਼ਿਆਦਾ ਲੋਕੀ ਵੇਟ ਕਰ ਅੱਜ ਹੀ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਾਉਣਾ ਸ਼ੁਰੂ ਕਰ ਦਿਓ ਏਜੰਟਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿਓ ਤੇ ਕਹਿ ਦਿਓ ਉਹਨਾਂ ਨੂੰ ਕਿ ਇਟਲੀ ਦੇ ਵਰ ਪਰਮਿਟ ਦੀ ਜਿਹੜੀ ਹੈ ਡੇਟ ਆ ਚੁੱਕੀ ਹੈ ਸੋ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਨਿਊਜ਼ ਜਿਹੜੀ ਹੈ ਮੈਂ ਸ਼ੇਅਰ ਕਰਦਾ ਠੀਕ ਹੈ ਜੀ ਇਟਲੀ ਈਸ਼ੂ 67000 ਵਰਕ ਪਰਮਿਟ 4 3rd ਨਾਨ ਨੈਸ਼ਨਲ ਜਿਹੜੇ ਹੈਗੇ ਆਪਣੇ ਨਾਨ ਯੂਰੋਪੀਅਨ ਨੇ 2022 ਦੇ ਵਿੱਚ ਰਾਈਟ ਪੂਰੀ ਇਨਫੋਰਮੇਸ਼ਨ ਜਿਹੜੀ ਹੈਗੀ ਤੁਸੀਂ ਸ਼ੈਂਜਨ ਵੀਜ਼ਾ ਇਨਫੋ.com ਤੇ ਜਾ ਕੇ ਦੇਖ ਸਕਦੇ ਹੋ ਇਟਾਲੀਅਨ ਮਿਨਿਸਟਰੀ ਆਫ ਇੰਟੀਰੀਅਰ ਅਫੇਅਰੈਂਸ has announced the maximum number of the work permit that can be issued on non european ਠੀਕ ਹੈ ਨਾਨ ਯੂਰੋਪੀਅਨ ਜਿਹੜੇ ਇਹਨਾਂ ਨੇ ਵਰਕ ਪਰਮਿਟ ਓਪਨ ਕੀਤੇ ਨੇ ਠੀਕ ਹੈ ਜੀ ਇਨ ਅ ਪ੍ਰੈਸ ਰਿਲੀਜ਼ ਪ੍ਰੈਸ ਰਿਲੀਜ਼ ਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਮੈਕਸਿਮਮ ਕੋਟਾ ਫੋਰ ਥੀਸ ਵਰਕਰ ਵਿਚ ਵਾਸ ਪ੍ਰੀਵੀਅਸਲੀ ਅਡਾਪਟਡ ਔਨ ਡਿਸੰਬਰ 21 ਰਾਈਟ ਦੋਜ਼ ਆ ਈਕੀ ਡਿਸੰਬਰ ਨੂੰ ਇਹਨਾਂ ਨੇ ਜਿਹੜੇ ਹੈ ਮੈਕਸਿਮਮ ਕੋਟਾ ਜਿਹੜਾ ਰੱਖਿਆ ਸੀ 60000 80000 ਦਾ ਰੱਖਿਆ ਸੀ ਵੀਰ ਇਹਨਾਂ ਨੇ ਦੇਖਦੇ ਦੇਖਦੇ 60900 ਦਾ ਕਰਤਾ ਰਾਈਟ ਉਸ ਤੋਂ ਬਾਅਦ ਹਾਊ ਬੀਨ ਪਬਲਿਸ਼ਡ ਇਨ ਦਾ ਅਫੀਸ਼ੀਅਲ ਗੈਜ਼ਟ ਦੇ ਵਿੱਚ ਜਿਹੜੇ ਉਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈਗੀ ਹੈ ਉੱਥੇ ਉਹਨਾਂ ਨੇ ਜਿਹੜਾ ਕਿ ਮੈਂਸ਼ਨ ਕਰਤਾ 69700 ਵਰਕਰ ਜਿਹੜੇ ਹੈ ਨਾਨ ਯੂਰੋਪੀਅਨ ਚਾਹੀਦੇ ਨੇ ਇਟਲੀ ਦੇ ਵਿੱਚ ਸੋ 27700 ਕੋਟਾ ਜਿਹੜਾ ਰੱਖਿਆ ਉਹਨਾਂ ਨੇ ਨਾਨ ਸੀਜ਼ਨਲ ਸੈਲਫ ਏਮਪਲੋਇਡ ਸਬ ਆਰਡੀਨੇਟ ਵਰਕ ਐਂਡ ਕਨਵਰਸੇਸ਼ਨ ਦਾ ਮਿਨਿਸਟਰੀ ਨੋਟਸ ਮਿਨਿਸਟਰੀ ਨੋਟ ਦੇ ਵਿੱਚ ਜਿਹੜਾ ਕਿ 27700 ਬੰਦੇ ਹੈ ਜਿਹੜੇ ਨਾਨ ਸੀਜ਼ਨਲ ਵਾਸਤੇ ਰੱਖੇ ਜਾਣੇ ਹੈ ਉਹਨਾਂ ਨੇ ਅੱਗੇ ਕਿਹਾ ਕਿ 20000 ਵਰਪਰਟ ਜਿਹੜੇ ਹੈਗੇ ਆ ਉਹ ਟੋਟਲ ਕੋਟੇ ਦੇ ਵਿੱਚੋਂ ਹੈਵ ਬੀਨ ਰਿਜ਼ਰਵਡ ਫॉर ਦਾ ਰੀਜ਼ਨ ਆਫ ਨੋਨ ਸੀਜ਼ਨਲ ਸਬੋਡੀਨੇਟ ਵਰਕ ਇਨ ਥੀਸ ਸੈਕਟਰ ਠੀਕ ਹੈ ਜਿਹੜੇ ਜਿਹੜੇ ਹੋਟਲ ਇੰਡਸਟਰੀ ਦੇ ਵਿੱਚ ਤੇ ਕੰਸਟਰਕਸ਼ਨ ਵਰਕ ਦੇ ਵਿੱਚ ਹੈਗੇ ਨੇ 20000 ਬੰਦਾ ਇਹਨਾਂ ਨੂੰ ਕੰਸਟਰਕਸ਼ਨ ਦੇ ਵਰਕ ਦੇ ਵਿੱਚ ਚਾਹੀਦਾ ਨੋਨ ਯੂਰੋਪੀਅਨ ਤੇ ਇਹਨਾਂ ਨੂੰ ਹੋਟਲ ਟੂਰਿਜ਼ਮ ਦੇ ਵਿੱਚ ਚਾਹੀਦਾ ਜਿੰਦੇ ਵਿੱਚ ਇੰਡੀਆ ਦਾ ਨਾਮ ਸ਼ਾਮਿਲ ਹੈ ਪਾਕਿਸਤਾਨ ਦਾ ਨਾਮ ਸ਼ਾਮਿਲ ਹੈ ਠੀਕ ਹੈ ਜੀ ਉਸ ਤੋਂ ਬਾਅਦ ਫਿਲੀਪੀਨ ਹੈਗਾ ਜਾਪਾਨ ਹੈਗਾ ਹੋਰ ਬੜੀਆਂ ਕੰਟਰੀਆਂ ਨੇ ਜਿਨ੍ਹਾਂ ਦੇ ਨਾਮ ਸ਼ਾਮਿਲ ਹੈਗੇ ਆ ਰਾਈਟ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ 7700 ਪਰਮਿਟ ਜਿਹੜੇ ਆ ਡਿਵਾਈਡ ਕੀਤੇ ਗਏ ਨੇ ਕੈਟਾਗਰੀ 3rd ਆਫ 3rd ਸ ਟ੍ਰੇਨਿੰਗ ਐਂਡ ਐਜੂਕੇਸ਼ਨ ਪ੍ਰੋਗਰਾਮ ਇਨ देयर ਕੰਟਰੀਜ਼ ਆਫ ਰੀਜ਼ਨ ਜਿਨ੍ਹਾਂ ਨੇ ਆਪਣੀ ਟ੍ਰੇਨਿੰਗ ਖਤਮ ਕਰ ਲਈ ਜਿਨ੍ਹਾਂ ਨੇ ਆਪਣੀ ਸਟੱਡੀ ਕੰਪਲੀਟ ਕਰ ਲਈ ਐਂਡ ਡਾਇਰੈਕਟਲੀ ਜਿਹੜਾ ਡਾਇਰੈਕਟਲੀ ਜਿਹੜਾ 1 ਸਾਲ ਦਾ ਵਰਕ ਪਰਮਿਟ ਜਿਹੜਾ ਉਹਨਾਂ ਦਾ ਜਿਹੜਾ ਇਸ਼ੂ ਹੋਏਗਾ ਉਹਨਾਂ ਦਾ ਉਹ ਅਪਲਾਈ ਕਰਨਾ ਚਾਹੁੰਦੇ ਉਹ ਤਾਂ 7700 ਜਿਹੜੇ ਪਰਮਿਟ ਇਸ਼ੂ ਕਰਨੇ ਉਹਨਾਂ ਨੇ ਰਾਈਟ ਉਸ ਤੋਂ ਬਾਅਦ ਮਿਨਿਸਟਰੀ ਹੈਜ਼ ਨੋਟਿਡ ਥੈਟ ਅਪਲੀਕੇਸ਼ਨ ਅਪਲੀਕੇਸ਼ਨਸ ਫੋਰ ਥੀਸ ਟਾਈਪ ਆਫ ਵਰਕ ਪਰਮਿਟ ਕੈਨ ਬੀ ਫਿਲਡ ਸਟਾਰਟਿੰਗ ਫਰਮ ਜਨੂਅਰੀ ਜਿਹੜੇ ਬੰਦਿਆਂ ਨੇ ਆਪਣੀ ਟ੍ਰੇਨਿੰਗ ਖਤਮ ਆਪਣੀ এডਿਕੇਸ਼ਨ ਕੰਪਲੀਟ ਕਰ ਲਈ ਇੰਡੀਆ ਦੇ ਵਿੱਚ ਠੀਕ ਹੈ ਜਿੱਥੇ ਵੀ ਆਪਣੀ ਕੰਟਰੀ ਤੋਂ ਅਪਲਾਈ ਕਰਨਗੇ ਉਹਨਾਂ ਦੀ ਜਿਹੜੀਆਂ ਫਾਈਲਾਂ 27 ਜਨਵਰੀ 9 ਵਜੇ ਸਟਾਰਟ ਹੋ ਜਾਣਗੀ ਆ ਆਪਣੇ ਉਹਨਾਂ ਦੇ ਗੈਜਟ ਦੇ ਵਿੱਚ ਆਲਰੇਡੀ ਜਿਹੜੀ ਉਹਨਾਂ ਦਾ ਗੈਜਟ ਹੈਗਾ ਠੀਕ ਹੈ ਆਫੀਸ਼ੀਅਲ ਵੈਬਸਾਈਟ ਆ ਜੋ ਵੀ ਉਹਨਾਂ ਦੇ ਇਮੀਗ੍ਰੇਸ਼ਨ ਜਿਹੜਾ ਸਿਸਟਮ ਹੈਗਾ ਉਹਨਾਂ ਦੇ ਵਿੱਚ ਆਪਣੀਆਂ ਫਾਈਲਾਂ ਨੂੰ ਉਹਨਾਂ ਨੇ ਆਲਰੇਡੀ ਸਬਮਿਟ ਕਰਨਾ ਸ਼ੁਰੂ ਕਰਤਾ ਤੇ ਜਦੋਂ ਉਹਨਾਂ ਨੇ ਲਾਈਕ 29 ਜਨਵਰੀ ਤੋਂ ਬਾਅਦ ਉਹਨਾਂ ਨੇ ਵਰਕ ਪਰਮਿਟ ਜਿਹੜੇ ਆ ਇਸ਼ੂ ਕਰਨੇ ਸ਼ੁਰੂ ਕਰ ਦਿੰਨੇ ਆ ਠੀਕ ਹੈ ਉਸ ਤੋਂ ਬਾਅਦ 42000 ਰਹਿ ਜਾਣਗੇ 42000 ਵਰਕ ਪਰਮਿਟ will be allocated for the agriculture work 42000 ਬੰਦਾ ਐਗਰੀਕਲਚਰ ਵਰਕ ਵਾਸਤੇ ਚਾਹੀਦਾ ਟੂਰਿਜ਼ਮ ਸੈਕਟਰ ਵਾਸਤੇ ਚਾਹੀਦਾ ਫਰੋਮ ਅਲਬਾਨੀਆ ਠੀਕ ਹੈ ਬੰਗਲਾਦੇਸ਼ ਹੋ ਗਿਆ ਅਲਜੀਰੀਆ ਹੋ ਗਿਆ ਕੋਸਟਾ ਰੀਕਾ ਹੋ ਗਿਆ ਹੋਰ ਆਪਣੀਆਂ ਇੰਡੀਆ ਹੋ ਗਿਆ ਆਪਣੇ ਸਪੈਸ਼ਲੀ ਪਾਕਿਸਤਾਨ ਹੋ ਗਿਆ ਠੀਕ ਹੈ ਸ਼੍ਰੀਲੰਕਾ ਹੋ ਗਿਆ ਯੂਕਰੇਨ ਹੋ ਗਿਆ ਸੋ ਬੜੀਆਂ ਕੰਟਰੀਆਂ ਦੇ ਵਿੱਚ ਸੋ ਲਾਸਟ ਦੇ ਵਿੱਚ 14000 ਪਰਮਿਟ ਜਿਹੜਾ ਰਹਿ ਗਿਆ ਜੀ ਉਹ ਵਰਕਰ ਫਰਮ ਦਾ ਸੇਮ ਕੰਟਰੀ ਹੂ ਐਪਲੀਕੈਂਟ ਵਿਲ ਬੀ ਪ੍ਰੈਜ਼ੈਂਟਡ ਦਾ ਨੇਮ ਔਨ ਦਾ ਬਿਹੈਫ ਔਫ ਏਮਪਲੋయర్ ਜਦੋਂ ਤੁਸੀਂ ਇਟਲੀ ਦੇ ਵਿੱਚ ਹੈਗੇ ਹੋ 14000 ਬੰਦੇ ਜਿਹੜੇ ਇਟਲੀ ਦੇ ਵਿੱਚ ਹੈਗੇ ਨੇ ਆਲਰੇਡੀ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਆ ਏਮਪਲੋయర్ ਹੈਗਾ ਸੋ ਉਹ ਆਪਣੇ ਵਰਕ ਪਰਮਿਟ ਜਿਹੜੇ ਅਪਲਾਈ ਕਰ ਸਕਦੇ ਠੀਕ ਹੈ ਜਿਹੜੀਆਂ ਉਹ ਫਾਈਲ ਆ ਜਿਹੜੀਆਂ ਪ੍ਰੋਪਰ ਵੇ ਨਾਲ ਜਿਹੜੀਆਂ ਜਿਹੜੀਆਂ ਨਾਰਮਲ ਜਿਹੜੇ ਬੰਦੇ ਹੈਗੇ ਆ ਠੀਕ ਆ ਉਹਨਾਂ ਦੇ 27 ਜਨਵਰੀ ਨੂੰ ਸ਼ੁਰੂ ਹੋ ਜਾਏਗਾ ਐਂਡ ਉਸ ਤੋਂ ਬਾਅਦ ਜਿੰਨੀਆਂ ਵੀ ਵਰ ਪਰਮਿਟ ਜਿਹੜੀ ਇਸ਼ੂ ਹੋਣੇ ਆ ਸਾਰੇ 1 ਜਨਵਰੀ 1 ਫਰਵਰੀ ਤੋਂ ਬਾਅਦ ਸਾਰੇ ਵਰ ਪਰਮਿਟ ਇਸ਼ੂ ਹੋਣੇ ਸ਼ੁਰੂ ਹੋ ਜਾਣੇ ਆ ਠੀਕ ਹੈ ਅਫੀਸ਼ੀਅਲ ਡਾਟਾ ਦੇ ਅਕੋਰਡਿੰਗ 2019 ਦੇ ਵਿੱਚ ਇਕੱਲੇ 2019 ਦੇ ਵਿੱਚ 2 ਐਂਡ ਹਾਫ ਮਿਲੀਅਨ ਨੋਨ ਇਟਾਲੀਅਨ ਵਰਕਿੰਗ ਇਨ ਇਟਲੀ ਠੀਕ ਹੈ ਨੋ ਇਟਾਲੀਅਨ ਮਤਲਬ ਨੋ ਯੂਰੋਪੀਅਨ ਬੰਦੇ ਜਿਹੜੇ ਹੈਗੇ ਨੋ ਇਟਾਲੀਅਨ ਮਤਲਬ ਪੂਰੇ ਸਾਰੇ ਹੋਰ ਪਾਸੋਂ ਜਿੰਨੀਆਂ ਵੀ ਸਾਰੀਆਂ ਕੰਟੀਨੈਂਟ ਪੂਰੀ ਦੁਨੀਆ ਦੇ ਵਿੱਚੋਂ ਸਿਰਫ ਇਟਾਲੀਅਨ ਛੱਡ ਕੇ ਜਿਹੜੇ ਹੈਗੇ ਸੀ 10. ਜਿਹੜੇ 1 2 ਐਂਡ ਹਾਫ ਮਿਲੀਅਨ ਸੌਰੀ 2 ਐਂਡ ਹਾਫ ਮਿਲੀਅਨ ਲੋਕਾਂ ਨੇ ਕੰਮ ਕੀਤਾ ਇਟਲੀ ਦੇ ਵਿੱਚ 2019 ਦੇ ਵਿੱਚ ਸਿਰਫ ਠੀਕ ਹੈ 10.7% ਆਫ ਦਾ ਟੋਟਲ ਵਰਕ ਫੋਰਸ ਆਫ ਦਾ ਕੰਟਰੀ 642000 এমপ্লয়েড ইন দা পার্সোনাল সার্ভিস এন্ড ਉਸ ਤੋਂ ਬਾਅਦ 468000 হোলসেল এন্ড ਰਿਟੇਲ ਮਾਰਕੀਟਿੰਗ ਦੇ ਵਿੱਚ ਅਨਦਰ ਜਿਹੜੇ 235000 ਇਨ ਦਾ ਕੰਸਟਰਕਸ਼ਨ ਫੀਲਡ ਦੇ ਵਿੱਚ ਕੰਮ ਕਰਦੇ ਰਹੇ ਐ ਸੋ ਆਪ ਫੋਨ ਚੱਕੋ ਆਪਣੇ ਜਿਹੜੇ ਏਜੰਟਾਂ ਨੂੰ ਤੰਗ ਕਰਨਾ ਸ਼ੁਰੂ ਕਰਦੋ ਆਪਣੇ ਰਿਸ਼ਤੇਦਾਰਾਂ ਨੂੰ ਤੰਗ ਕਰਨਾ ਸ਼ੁਰੂ ਕਰਦੋ ਤਾਂ ਕਿ ਤੁਸੀਂ ਆਪਣੇ ਪੇਪਰ ਜਿਹੜੇ ਜਲਦੀ ਜਲਦੀ ਅਪਲਾਈ ਕਰ ਸਕੋ ਤਾਂ ਕਿ ਤੁਹਾਡਾ ਵੀਜ਼ਾ ਜਿਹੜਾ ਹੈ 1 ਫਰਵਰੀ 2022 ਦੇ ਵਿੱਚ ਸੋਰੀ 2022 ਤੋਂ ਬਾਅਦ ਜਿਹੜਾ ਤੁਹਾਡਾ ਵਰਕ ਪਰਮਿਟ ਤੁਹਾਨੂੰ ਇਸ਼ੂ ਹੋ ਜਾਏ ਤੇ ਤੁਸੀਂ ਜਲਦੀ ਜਲਦੀ ਇਟਲੀ ਜਾਓ ਤੁਹਾਡੇ ਮਿਸਟਰ ਸਿੰਘ ਭਰਾ ਦੀਆਂ ਦੁਆਵਾਂ ਨੇ ਤੁਹਾਡਾ ਵਰਕ ਪਰਮ ਤੇ ਅਰਦਾਸ ਆ ਯਾਰ ਵਾਹਿਗੁਰੂ ਅੱਗੇ ਠੀਕ ਹੈ ਤੁਹਾਡਾ ਵੀਜ਼ਾ ਜਲਦੀ ਲੱਗੇ ਤੁਸੀਂ ਵੀ ਜਾਓ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਸਾਰਿਆਂ ਨੂੰ ਪਤਾ ਚੱਲ ਜੇ ਕਿ ਇਟਲੀ ਦੇ ਜਿਹੜੇ ਵਰਕ ਪਰਮਿਟ ਜਿਹੜੇ ਆ ਉਹਨਾਂ ਦੀ ਓਪਨ ਡੇਟ ਆ ਚੁੱਕੀ ਹੈ ਤੇ ਤੁਸੀਂ ਵੀ ਆਪਣੇ ਵੀਜ਼ੇ ਜਿਹੜੇ ਆ ਅਪਲਾਈ ਕਰਨੇ ਸ਼ੁਰੂ ਕਰਦੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ